ਦੇਖੋ ਵੈਸੇ ਤਾਂ ਦੇਖੋ ਸੀਰੀਅਸ ਡਿਸਕਸ਼ਨ ਹੋਣੀ ਚਾਹੀਦੀ ਆ, ਪਰ ਅੱਜ ਮੈਨੂੰ ਨਾ ਇੱਕ ਖੁਸ਼ੀ ਆ ਕਿ ਮੇਰਾ ਪਹਿਲੀ ਵਾਰੀ ਇਹਨਾਂ ਨੇ 12 ਕੁਐਸਚਨਾਂ ਦੇ ਵਿੱਚੋਂ ਇੱਕ ਕੁਐਸਚਨ ਲਾਇਆ ਤੇ ਮੈਂ ਇਸ ਕਰਕੇ ਕਾਹਲੀ ਚ ਆ। ਸੱਚੀ ਗੱਲ ਤਾਂ ਇਹ ਦੇਖੋ ਲਾਅ ਐਂਡ ਆਰਡਰ ਦੀ ਗੱਲ ਕਰ ਲਓ, ਚਾਹੇ ਹੇਟ ਪ੍ਰੋਪੋਗੰਡੇ ਦੀ ਗੱਲ ਕਰ ਲਓ, ਅੱਜ ਤੋਂ 4 ਮਹੀਨੇ ਪਹਿਲਾਂ ਮੈਂ ADGP ਸਾਈਬਰ ਕ੍ਰਾਈਮ ਨੂੰ ਇੱਕ ਆਪ ਐਪਲੀਕੇਸ਼ਨ ਦੇ ਕੇ ਆਇਆ ਸੀ ਵੀ ਜਿਹੜਾ ਸਿੱਖਾਂ ਪ੍ਰਤੀ ਹੇਟ ਕ੍ਰਾਈਮ ਜਿਹੜਾ ਪ੍ਰੋਪੋਗੰਡਾ ਹੋ ਰਿਹਾ, ਤੁਸੀਂ ਉਹਦੇ ਤੇ ਕੋਈ ਐਕਸ਼ਨ ਨਹੀਂ ਔਰ ਉਹਦੇ ਤੇ ਕੋਈ ਅੱਜ ਤੱਕ ਮੈਨੂੰ ਨਹੀਂ ਉਹਦਾ ਜਵਾਬ ਮਿਲਿਆ। ਦੇਖੋ ਗੋਲੀ ਤਾਂ ਰੋਜ਼ ਚੱਲਦੀ ਆ, ਬੇਸਿਕਲੀ ਮੇਰਾ ਖਿਆਲ ਹੈ ਵੀ ਇਹ ਸਰਕਾਰ ਦੀ ਅਸਲੀ ਗੱਲ ਹੈ ਵੀ ਟਿੱਚਰਾਂ ਕਰਨ ਦੀ ਨੀਤ ਆ, ਹੋਰ ਕਿਸੇ ਚੀਜ਼ ਦੀ ਨੀਤ ਹੀ ਹੈ। ਦੇਖੋ ਵੈਸੇ ਤਾਂ ਦੇਖੋ ਸੀਰੀਅਸ ਡਿਸਕਸ਼ਨ ਹੋਣੀ ਚਾਹੀਦੀ ਆ, ਪਰ ਅੱਜ ਮੈਨੂੰ ਨਾ ਇੱਕ ਖੁਸ਼ੀ ਆ ਕਿ ਮੇਰਾ ਪਹਿਲੀ ਵਾਰੀ ਇਹਨਾਂ ਨੇ 12 ਕੁਐਸਚਨਾਂ ਦੇ ਵਿੱਚੋਂ ਇੱਕ ਕੁਐਸਚਨ ਲਾਇਆ ਤੇ ਮੈਂ ਇਸ ਕਰਕੇ ਕਾਹਲੀ ਚ ਆ। ਸੱਚੀ ਗੱਲ ਤਾਂ ਇਹ ਦੇਖੋ ਲਾਅ ਐਂਡ ਆਰਡਰ ਦੀ ਗੱਲ ਕਰ ਲਓ, ਚਾਹੇ ਹੇਟ ਪ੍ਰੋਪੋਗੰਡੇ ਦੀ ਗੱਲ ਕਰ ਲਓ, ਅੱਜ ਤੋਂ 4 ਮਹੀਨੇ ਪਹਿਲਾਂ ਮੈਂ ADGP ਸਾਈਬਰ ਕ੍ਰਾਈਮ ਨੂੰ ਇੱਕ ਆਪ ਐਪਲੀਕੇਸ਼ਨ ਦੇ ਕੇ ਆਇਆ ਸੀ ਵੀ ਜਿਹੜਾ ਸਿੱਖਾਂ ਪ੍ਰਤੀ ਹੇਟ ਕ੍ਰਾਈਮ ਜਿਹੜਾ ਪ੍ਰੋਪੋਗੰਡਾ ਹੋ ਰਿਹਾ, ਤੁਸੀਂ ਉਹਦੇ ਤੇ ਕੋਈ ਐਕਸ਼ਨ ਨਹੀਂ ਔਰ ਉਹਦੇ ਤੇ ਕੋਈ ਅੱਜ ਤੱਕ ਮੈਨੂੰ ਨਹੀਂ ਉਹਦਾ ਜਵਾਬ ਮਿਲਿਆ। ਦੇਖੋ ਗੋਲੀ ਤਾਂ ਰੋਜ਼ ਚੱਲਦੀ ਆ, ਬੇਸਿਕਲੀ ਮੇਰਾ ਖਿਆਲ ਹੈ ਵੀ ਇਹ ਸਰਕਾਰ ਦੀ ਅਸਲੀ ਗੱਲ ਹੈ ਵੀ ਟਿੱਚਰਾਂ ਕਰਨ ਦੀ ਨੀਤ ਆ, ਹੋਰ ਕਿਸੇ ਚੀਜ਼ ਦੀ ਨੀਤ ਹੀ ਹੈ। ਦੇਖੋ ਵੈਸੇ ਤਾਂ ਦੇਖੋ ਸੀਰੀਅਸ ਡਿਸਕਸ਼ਨ ਹੋਣੀ ਚਾਹੀਦੀ ਆ, ਪਰ ਅੱਜ ਮੈਨੂੰ ਨਾ ਇੱਕ ਖੁਸ਼ੀ ਆ ਕਿ ਮੇਰਾ ਪਹਿਲੀ ਵਾਰੀ ਇਹਨਾਂ ਨੇ 12 ਕੁਐਸਚਨਾਂ ਦੇ ਵਿੱਚੋਂ ਇੱਕ ਕੁਐਸਚਨ ਲਾਇਆ ਤੇ ਮੈਂ ਇਸ ਕਰਕੇ ਕਾਹਲੀ ਚ ਆ। ਸੱਚੀ ਗੱਲ ਤਾਂ ਇਹ ਦੇਖੋ ਲਾਅ ਐਂਡ ਆਰਡਰ ਦੀ ਗੱਲ ਕਰ ਲਓ, ਚਾਹੇ ਹੇਟ ਪ੍ਰੋਪੋਗੰਡੇ ਦੀ ਗੱਲ ਕਰ ਲਓ, ਅੱਜ ਤੋਂ 4 ਮਹੀਨੇ ਪਹਿਲਾਂ ਮੈਂ ADGP ਸਾਈਬਰ ਕ੍ਰਾਈਮ ਨੂੰ ਇੱਕ ਆਪ ਐਪਲੀਕੇਸ਼ਨ ਦੇ ਕੇ ਆਇਆ ਸੀ ਵੀ ਜਿਹੜਾ ਸਿੱਖਾਂ ਪ੍ਰਤੀ ਹੇਟ ਕ੍ਰਾਈਮ ਜਿਹੜਾ ਪ੍ਰੋਪੋਗੰਡਾ ਹੋ ਰਿਹਾ, ਤੁਸੀਂ ਉਹਦੇ ਤੇ ਕੋਈ ਐਕਸ਼ਨ ਨਹੀਂ ਔਰ ਉਹਦੇ ਤੇ ਕੋਈ ਅੱਜ ਤੱਕ ਮੈਨੂੰ ਨਹੀਂ ਉਹਦਾ ਜਵਾਬ ਮਿਲਿਆ। ਦੇਖੋ ਗੋਲੀ ਤਾਂ ਰੋਜ਼ ਚੱਲਦੀ ਆ, ਬੇਸਿਕਲੀ ਮੇਰਾ ਖਿਆਲ ਹੈ ਵੀ ਇਹ ਸਰਕਾਰ ਦੀ ਅਸਲੀ ਗੱਲ ਹੈ ਵੀ ਟਿੱਚਰਾਂ ਕਰਨ ਦੀ ਨੀਤ ਆ, ਹੋਰ ਕਿਸੇ ਚੀਜ਼ ਦੀ ਨੀਤ ਹੀ ਹੈ। ਦੇਖੋ ਵੈਸੇ ਤਾਂ ਦੇਖੋ ਸੀਰੀਅਸ ਡਿਸਕਸ਼ਨ ਹੋਣੀ ਚਾਹੀਦੀ ਆ, ਪਰ ਅੱਜ ਮੈਨੂੰ ਨਾ ਇੱਕ ਖੁਸ਼ੀ ਆ ਕਿ ਮੇਰਾ ਪਹਿਲੀ ਵਾਰੀ ਇਹਨਾਂ ਨੇ 12 ਕੁਐਸਚਨਾਂ ਦੇ ਵਿੱਚੋਂ ਇੱਕ ਕੁਐਸਚਨ ਲਾਇਆ ਤੇ ਮੈਂ ਇਸ ਕਰਕੇ ਕਾਹਲੀ ਚ ਆ। ਸੱਚੀ ਗੱਲ ਤਾਂ ਇਹ ਦੇਖੋ ਲਾਅ ਐਂਡ ਆਰਡਰ ਦੀ ਗੱਲ ਕਰ ਲਓ, ਚਾਹੇ ਹੇਟ ਪ੍ਰੋਪੋਗੰਡੇ ਦੀ ਗੱਲ ਕਰ ਲਓ, ਅੱਜ ਤੋਂ 4 ਮਹੀਨੇ ਪਹਿਲਾਂ ਮੈਂ ADGP ਸਾਈਬਰ ਕ੍ਰਾਈਮ ਨੂੰ ਇੱਕ ਆਪ ਐਪਲੀਕੇਸ਼ਨ ਦੇ ਕੇ ਆਇਆ ਸੀ ਵੀ ਜਿਹੜਾ ਸਿੱਖਾਂ ਪ੍ਰਤੀ ਹੇਟ ਕ੍ਰਾਈਮ ਜਿਹੜਾ ਪ੍ਰੋਪੋਗੰਡਾ ਹੋ ਰਿਹਾ, ਤੁਸੀਂ ਉਹਦੇ ਤੇ ਕੋਈ ਐਕਸ਼ਨ ਨਹੀਂ ਔਰ ਉਹਦੇ ਤੇ ਕੋਈ ਅੱਜ ਤੱਕ ਮੈਨੂੰ ਨਹੀਂ ਉਹਦਾ ਜਵਾਬ ਮਿਲਿਆ। ਦੇਖੋ ਗੋਲੀ ਤਾਂ ਰੋਜ਼ ਚੱਲਦੀ ਆ, ਬੇਸਿਕਲੀ ਮੇਰਾ ਖਿਆਲ ਹੈ ਵੀ ਇਹ ਸਰਕਾਰ ਦੀ ਅਸਲੀ ਗੱਲ ਹੈ ਵੀ ਟਿੱਚਰਾਂ ਕਰਨ ਦੀ ਨੀਤ ਆ, ਹੋਰ ਕਿਸੇ ਚੀਜ਼ ਦੀ ਨੀਤ ਹੀ ਹੈ।